सची बहुत घंट लग जाए मेरी हो गई शॉपिंग स्टार्ट। पिछले व्लॉग ची वेख्या एंजल दे ही बस मेरे नहीं अज आप चले जलंधर तो मैं सारी शॉपिंग करनी है जलंधरों कुड़ियां ज्यादा होंगे मुंडे टी-शर्ट ले ली शर्ट ले ली पैंट ले ली पजामा ले लिया बस तो इदा व्लॉग ना जुड़े रही हो तो एंड तक जरूर वेखियो बहुत वधिया व्लॉग होने जा रहा वा तो लाइक कमेंट शेयर जरूर करियो तो चैनल नूं सबसक्राइब शीशा ला यार मेरे से नहीं गए क्यूट जा गए अभी सोना लग रहा है अभी हां अभी सोना ओ आ सी अंदर हो गया ना रेंज में उसे आइसिंग करके फिर आइज नु रिलैक्स भी कर दो हां ठीक है दी फाड़ ला चल तू फाड़ ला एंजल कुछ एंजल ले लेना है एंजल को मुझे दी क्यों नहीं होते जाना दी मैं एंजल ले की करना उते नहीं नहीं चाहिए यार उते अपनी ਕੋਈ ਨਾ ਤੇਰੇ ਵੀ ਆ ਜੂਗੇ ਹਾਂ ਕਰ ਆ ਇਹਨੇ ਆਹੀ ਲੈਣਾ ਵਾ ਇਹ ਪਤਾ ਨਹੀਂ ਕੀ ਹੈ ਦੀਦੀ ਇਹ ਬੈਗ ਆ ਹੈ ਨਹੀਂ ਸਰਾਣਾ ਪਤਾ ਕੀ ਹੁੰਦਾ ਬੈਗ ਅੰਦਰ ਵੇਖ ਲੋ ਕਹਿੰਦਾ ਦੀਦੀ ਸਾਡਾ ਦੀਦੀ ਖਰਚਾ ਮੇਰਾ ਕਰਾਈ ਆਂਦਾ ਹੀ ਮੇਰੇ ਤੂੰ ਆਇਆ ਮੇਰੇ ਮੈਂ ਆਪਣੇ ਕੱਪੜੇ ਲੈਣੇ ਆ ਜਲਦੀ ਕਿਉਂਕਿ ਆ ਠੀਕ ਆ ਦੀਦੀ ਐਂਜਲ ਆਹ ਹੁਣ ਸੌਣ ਲੱਗਾ ਹਾਂ ਚਲ ਠੀਕ ਆ ਫਿਰ ਤੂੰ ਆ ਲੈ ਕੀ ਲੈਣਾ ਤਾ ਦੱਸ ਤੈਨੂੰ ਟੋਲ ਬੋਤਲ ਲੈ ਕੇ ਜਾ ਮੈਂ ਲੈਣੇ ਕੱਪੜੇ ਸ਼ਾਪਿੰਗ ਹੈਗੀ ਮੇਰੀ ਅਵੇਲਾ ਆਂਦੇ ਐਂਜਲ ਦੀ ਸਟਾਰਟ ਹੋ ਗਈ ਫੇਰ ਤੋਂ ਮਾਸਕ ਮੁਸਕ ਲੈ ਯਾਰ ਲੋਡ ਪੈਣੇ ਤੇ ਗੱਲ ਆ ਯਾਰ ਮੇਰੇ ਵੀ ਸ਼ਾਪਿੰਗ ਜਲਦੀ ਹੋਈ ਨਹੀਂ ਕਿਉਂਕਿ ਮੇਰੇ ਕੱਪੜੇ ਹੈਗੇ ਥੋੜੇ ਆ ਨਹੀਂ ਇਦਾਂ ਨਾ ਕਹਿ ਗਿਆ ਮੇਰਾ ਸਮਾਨ ਲਿਜਾਉਣ ਵਾਸਤੇ ਵੇਟਰ ਉਹਦਾ ਰਹਿ ਗਿਆ ਵਾ ਲੋ ਜੀ ਹੁਣ ਸਰ ਵੀ ਜਾਣ ਕੇ ਨਾ ਸ਼ਾਪਿੰਗ ਕਰਨ ਕੀ ਬਾਤ ਹੈ ਮੇਰੇ ਤੋਂ ਬਿਨਾ ਸ਼ਾਪਿੰਗ ਹੋ ਹੀ ਨਹੀਂ ਸੰਦ ਸਹੀ ਗੱਲ ਸਰ ਇਹਦੀ ਹੋਈ ਵੀ ਨਹੀਂ ਜੀ ਮੇਰੀ ਹੋਈ ਵੀ ਨਹੀਂ ਹੈ ਐਂ ਜਲਦੀ ਹੋਈ ਜਾਂਦੀ ਹੈ ਮੇਰੀ ਐਡਵਾਈਸ ਸਾਰਿਆਂ ਨੂੰ ਚਾਹੀਦੀ ਹੁੰਦੀ ਹੈ ਚਲੋ ਹੁਣ ਪ੍ਰਾਈਸ ਆਫ ਕਲੋਥਿੰਗਸ ਹੁਣ ਚੱਲੀ ਆਪਾਂ ਫਿਰ ਕੱਪੜੇ ਲੈਣ ਯਾਰ ਬਿਲਕੁਲ ਚੱਲੀਏ ਮਾਈ ਨੋਟ ਸ਼ਿਵਮ ਨੂੰ ਵੀ ਕੁਝ ਤਾਂ ਬਤਾਈਆਂ ਗੱਡੀ ਆ ਗਈ ਤੁਹਾਡੀ ਆਪ ਸੋਹਣੀ ਲੱਗ ਰਹੀ ਹੈ ਇੱਥੇ ਸੋਹਣੀ ਲੱਗ ਰਹੀ ਹੈ ਨਾ ਇੰਡੀਆ ਸ਼ਾਪਿੰਗ ਹੋ ਗਈ ਸ਼ੁਰੂ ਵੀਡੀਓ ਭਾਈ ਦੀ ਤਾਂ ਆ ਸੁਣੀ ਕਿ ਵਾਈਟ ਵਾਈਟ ਜ਼ਿਆਦਾ ਸੋਹਣੀ ਵਾਈਟ ਜ਼ਿਆਦਾ ਗ੍ਰੇਸ ਹੋ ਵਾਈਟ ਜ਼ਿਆਦਾ ਗ੍ਰੇਸ ਕਰੋ ਹੈ ਵਾਈਟ ਹੋ ਜੇ ਤੋ ਆਹੀ ਲੈ ਲਓ ਵਾਈਟ ਹੀ ਵਾਈਟ ਆਹੀ ਆਹੀ ਕਰ ਦੇ ਭਾਈ ਇੱਕ ਠੀਕ ਹੈ साइज से पागल साइज तो होई ना साइज आ रहा आराम ना आंदा देखो ओवर साइज है नहीं ओवर नहीं है तू पूरा देख फिटिंग दे नहीं आई ना वो लग जांदा टाइट हो जाता नहीं ये फ्री साइज ही बना है वही ना सोना लूज लगना है वही है ये लूज फिटिंग वाली लगा तो तुझे मैंने और भी वीडियो ओ देखो आकर मैंने दिखाया था उसे बहुत कुछ शर्ट देने का करण दिखा के लेके आए प्रो शर्ट लेके आए ये यहां वाले नंगे आई है ना सारे वो लेके आ कर दी ठीक है हां जी हो गया शर्ट पे साल बहुत है ए बेचारा के पीछे कवर बहुत है एच कलर है ही कलर तो सेम ही सोना बट ऊपर के आजकल चल भी है आ ही दे दो फिर आ शर्ट आ शर्ट आ दे ले ले ये ले ले एक का भी दे शर्ट थोड़ी सी फंकी
तेरे को एंजल ने मांग लेनी जाके बारो कौन आपका बटन भेजना ठीक है दी आगे वधिया ना दसवें मैं सोने दसवें सोने नहीं सोनी है भी है सब तो सोनी है आ दो है सोना आर्टिकल है आ दो आ दो सोन हां आ दो सोने वो दसो ਤੁਸੀਂ ਆ ਵੀ ਸਮਾਰਟ ਹੈ ਪਰ ਆ ਦੋ ਦੋ ਸੋਨੇ ਆ ਤੇ ਨਹੀਂ ਬਲੈਕ ਚ ਵੀ ਲੈ ਲੈਂਦਾ ਕਿਉਂਕਿ ਬਲੈਕ ਟੀ-ਸ਼ਰਟ ਸੋਨੀ ਲੈਣੀ ਹੈ ਟੀ-ਸ਼ਰਟ ਉਹਨੇ ਕੁਝ ਵੀ ਨਹੀਂ ਲਿਆ ਲੱਗਦਾ ਕਿਤਨਾ ਹਲੋ ਇਹ ਟੀ-ਸ਼ਰਟ ਇਹ ਕਹਿੰਦੇ ਨਾ ਸਾਈ ਵੇਲੀ ਸਾਈਜ਼ ਆਂਦਾ ਵੀ ਹੈ ਕਿ ਐਵੇਂ ਆ ਜਾਣਾ ਸਾਈਜ਼ ਉਹਨਾਂ ਨੂੰ ਕੋਈ ਆ ਜਾਣਾ ਐਡ ਆਇਆ ਵਾਲਾ ਕਿਤਨਾ ਸੈਕਿੰਡ ਆ ਦਿਖਾਈ ਆਪੀ ਗੱਲ ਆ ਸਹੀ ਆ ਪਾ ਕੇ ਵੇਖਾਂ ਪਾਲਾ ਇਹਦੇ ਉੱਤੇ ਪਾਲਾ ਆ ਠੀਕ ਆ ਇਹ ਤਾਂ ਮੈਂ ਕਢਾਇਆ ਸੀ ਮੇਰੇ ਨਹੀਂ ਸੇ ਤੇਰਾ ਸ਼ਰਟ ਸੱਚੀ ਬੜੀ ਸੋਹਣੀ ਹੈ ਹੈ ਨਹੀਂ ਆਵਾਂ ਤੇ ਮੈਂ ਟੈਨਸ਼ਨ ਨਹੀਂ ਲੈਣਾ ਫਿਟਿੰਗ ਆੜੀ ਹੈ ਨਾਲ ਸੋਹਣੀ ਹੈ ਇੰਨੀ ਫਿਟਿੰਗ ਤਾਂ ਦੋ ਬੋਲ ਨਹੀਂ ਨਹੀਂ ਹੈ ਜ਼ਿਆਦਾ ਲੱਗਦੀ ਬਟ ਇੰਨੀ ਸੋਹਣੀ ਹੈ बहुत सोहनी है ਏਦਾਂ ਦੀ ਮੰਗਣ ਵੀ ਦਿਆ ਹੈ ਏਦਾਂ ਦੀ ਮੰਗਣ ਦਾ ਮੇਰੇ ਨਾਲ ਵੇਖ ਕੇ ਦਿਆ ਸਹੀ ਹੈ ਕਹਤਾ ਬਹੁਤ ਜਨਮ ਹੈ ਗੱਲ ਆ ਵੀ ਟਰਾਈ ਕਰੋ ਕੋਲ ਆ ਸ਼ੋ ਜੇ ਬਲੈਕ ਬੜੇ ਨਹੀਂ ਨਹੀਂ ਬਸ ਜਿਆਦਾ ਉਧਰ ਨਾ yellow color ਦਾ ਇੱਕ ਪਜਾਮਾ ਪਿਆ ਮੇਰੀ ਆ ਤਾਂ ਛੱਡਣ ਵਾਲਾ ਬੀਜੀ ਹੈ ਨਹੀਂਗਾ ਤੇਰੇ ਪਰ ਆਪਾਂ ਛੱਡ ਦੇਣਾ ਬਹੁਤ ਸਿਆਣੇ ਆ ਅਜੇ ਛੱਡਣ ਲੱਗੇ ਅਜੇ ਮੈਂਟਰ ਨਹੀਂ ਲੱਗਦਾ ਛੱਡਣ ਲੱਗੇ ਮੈਨੂੰ ਉਹਦੇ ਨਾਲ ਪਜਾਮਾ ਦਿਖਾਓ ਲਾਈਕ ਤਾਂ ਸੁਣ ਨਹੀਂ ਤੇ ਬਾਸ ਕਰੋ ਭਾਜੀ ਤੇਰੀ ਗੱਲ ਸੁਣੋ ਉਹ ਬੱਚੇ ਮੈਨੂੰ ਉਹ ਦੋ ਲੋਅਰ ਭਾਜੀ ਪਜਾਮਾ ਜੋਗਰ ਦਿਖਾਓ ਲੋਅਰ ਨਹੀਂ ਜੋਗਰ ਦਿਖਾਓ ਇਹ ਪੌਕਟ ਵਧੀਆ ਜੀ ਹਾਂ ਪੌਕਟਾਂ ਵਾਲੇ ਜੋਗਰ ਹਾਂ ਰਿਪਲੀ ਭਾਜੀ ਇੱਦਾਂ ਦੇ ਮੈਂ ਆਪਸ਼ਨ ਵੀ ਨਾਲ ਹੀ ਲੱਭ ਲਈ ਐਰੇਂਜ ਕਲਰਸ ਹਾਂ ਮੈਂ ਕਹਤਾ ਇਦਾਂ ਦੇ ਰੇ ਪੌਕਸ ਵਾਲੇ ਅੱਜ ਦਿਖਾਣੇ ਨਹੀਂ ਨਿਕਲਦਾ ਤਾਂ ਕਹਿੰਦੇ ਮੈਂ ਪਜਾਮਾ ਹੀ ਚੱਕ ਲਿਆ ਹਾਂ ਲੋ ਜੀ ਪਜਾਮਾ ਹੋਣਾ ਹਾਏ ਇਹਨਾਂ ਕਾਲੀ ਸ਼ਰਟ ਪਾਈ ਹੋਵੇ ਕਿਤੇ ਵੱਡਾ ਲੋਗੋ ਪੌਕਟ ਐਕਸਾਈਜ਼ ਪਰ ਉੱਥੇ ਰਿਬਲ ਨਹੀਂ ਚੱਲਦੇ ਉੱਥੇ ਕਿਉਂ ਕਿਹੜੇ ਉੱਥੇ ਬਹੁਤ ਘੱਟ ਪਾਉਂਦੇ ਲੋਕੀ ਘੱਟ ਪਾਉਂਦੇ ਲੋਕਾਂ ਦਾ ਕੀ ਹੈ ਘੱਟ ਤੂੰ ਮਤਲਬ ਹੁੰਦਾ ਐਸ ਬਾਹਰਲੀ ਕੰਟਰੀ ਚ ਸਭ ਤੋਂ ਜ਼ਿਆਦਾ ਰਿਬਲ ਆਉਂਦਾ ਜਾਂਦਾ ਮੈਂ ਸਾਰਾ ਸਟਾਕ ਔਰ ਮੈਨੂੰ ਵੀ ਪਤਾ ਰਿਬਲ ਇਹ ਬੰਦੇ ਇਹੀ ਅਲੱਗ ਪਰ ਮੈਂ ਸਟ੍ਰੇਟ ਪਾਉਣਾ ਤੂੰ ਆਪਣਾ ਕਿਹੜਾ ਤੈਨੂੰ ਕਿਹਨੇ ਕਿਹਾ ਇੰਡੀਆ ਚ ਰਹਿ ਕੇ ਵੀ ਕੈਨੇਡਾ ਦੀ ਫੀਲਿੰਗ ਲੈ ਲੈ ਮੈਂ ਵੀ ਵੇਖਿਓ ਕਿਹੜਾ ਸਹੀ ਹੈ ਆ ਜਾ ਸੋਣਾ ਆ ਸੋਣਾ ਕੀ ਆਈ ਬਾਤ ਹੈ ਨਾਈਕ ਵਾਲਾ ਜ਼ਿਆਦਾ ਨਹੀਂ ਆ ਸੋਣਾ ਬਾਤ ਹੋ ਰਿਹਾ ਕਰੇ ਇਹਨੂੰ ਇੱਕ ਹੋਰ ਹੁਣੇ ਦਿਖਾਇਆ ਸੀ ਤੁਸੀਂ ਲਵੈਂਡਰ ਜੇ ਕਲਰ ਦਾ ਅਮੀਰੀ ਆ ਵੇਖੋ ਸਭ ਤੋਂ ਸੋਹਣਾ ਹੈ ਬਹੁਤ ਸੋਹਣਾ ਹੈ दोनों
ਮੇਰਾ ਸਾਈਜ਼ ਕੱਢ ਦੋ ਇਹਦਾ 36 ਸਾਈਜ਼ ਨਹੀਂ ਮੈਨੂੰ 34 34 ਠਾਗਰ ਕੀ ਲੈਣਾ ਆ ਦੇਖ ਠਾਗਰ ਇਹਨਾਂ ਨੇ ਆ ਕੱਕੜ ਵਾਲਾ ਗਾਣਾ ਉਹਨਾਂ ਮੈਚ ਕਰਨੇ ਸੀ ਪਹਿਲੀ ਸੀ ਆਉਂਦਾ ਠਾਗਰ ਤੋਂ ਕਰਕੇ ਵਿਖਾ ਇੱਕ ਰੀ ਸੋਹਣਾ ਵੀ ਲੱਗਣਾ ਤੂੰ ਕਰ ਚੁੱਪ ਕਰ ਜਾ ਯਾਰ ਕਰਦੇ ਪਹਿਲਾਂ 5 ਰੁਪਿਆਂ ਦਾ ਮੈਨੂੰ ਨਹੀਂ ਆਉਂਦਾ 5 ਰੁਪਿਆਂ ਦਾ ਆ ਸੋਹਣਾ ਕਰ ਜਾ ਹੈ ਦੀ ਸੋਹਣਾ ਸਮਾਰਟ ਹੈ ਇਹ ਸੋਹਣਾ ਮੈਂ ਕੋਲ ਪਾ ਕੇ ਵੇਦਾ ਪਾਣੀ ਪੀ ਜਾ ਪਾਣੀ ਨਾ ਡੋਰ ਨਹੀਂ ਹੁੰਦੇ आंटी ने फिर कह दे मैं सिखाने शुरू कर दू सोना सची बहुत घंट लग जाए है गर्मी है ठंड लवा ले मारो कैमरा क्या चीज है कैमरा ही मार दी दसो यार जरूरी है भाई दसो आप टी-शर्ट
ਠਾਕ ਨੂੰ ਜੱਚ ਵੀ ਜਾਂਦੇ ਕੱਪੜੇ ਇਦਾਂ ਹਾਂ ਠਾਕ ਨੂੰ ਕੱਪੜੇ ਜੱਚਦੇ ਸਾਡੇ ਦਾ ਪਾ ਕੇ ਨਿਕਲਾ ਵੇ ਕੀ ਜੀ ਐਂਜਲ ਨੇ ਪੱਕਾ ਲੈ ਲੈਣੀ ਮੈਨੂੰ ਪਤਾ ਇਹਦਾ ਲਿੱਤੀ ਹੋਣੇ ਵਾਸਤੇ ਆ ਲਿੱਤੀਆਂ ਹੀ ਉਸ ਹਾਂ ਨਾ ਜਿਹੜੀਆਂ ਐਂਜਲ ਨੇ ਇਹ ਫਿਰ ਉਹ ਲੱਗਣਾ ਸੇਮ ਦੇ ਸਾਰੀਆਂ ਪਾ ਲੈਣੀ ਹਾਂ ਕਦੀ ਇਹ ਪਾ ਲੈਣਾ ਮੇਰੇ ਕੋਲ ਆ ਵੀ ਸੋਨੀ ਸ਼ਰਟ ਇੱਕ ਨਵੀਂ ਸ਼ਰਟ ਦੇ ਪਿੱਛੇ ਸਾਡੇ ਭਾਰਤ ਦੀ ਸ਼ਾਨ ਸ਼ਿਵਮ ਆ ਇਹ ਕੀ ਲੱਗ ਰਿਹਾ ਹੈ ਮਾਸਾ ਨਾ ਤੁਸੀਂ ਲੱਗੇ ਹੋ घबराई ना ਬਸ ਚਾਰ ਜਿੰਨਾ ਜੇ ਬਾਕੀ ਆ ਆ ਸ਼ਰਟ ਪਾਈ ਹੈ ਹੈ ਇਹਦੇ ਨਾਲ ਸ਼ਰਟ ਆ ਬਹੁਤ ਸੋਹਣਾ ਯਾ ਪਿਓਰ ਮਾਈਂਡ ਬਹੁਤ ਸੋਹਣਾ ਕਨਸੈਪਟ ਲੱਗਦਾ ਕੰਪੀਟੀਸ਼ਨ ਵਿੱਚ ਇਹ ਪਾ ਕੇ ਘੁੰਮਾਂਗਾ ਕਿਸੇ ਨੂੰ ਇਹ ਪਾ ਕੇ ਮੈਂ ਵੀ ਤੁਹਾਨੂੰ ਟੈਗ ਕਰੂੰਗਾ ਠੀਕ ਹੈ ਸੇਮ ਸੈਟ ਮੈਂ ਲਾ ਦੇ ਹੋਰ ਬਸ ਓਕੇ ਜੀ ਬਸ ਭਾਜੀ ਜੀ ਆਪਣੀ ਸ਼ਾਪਿੰਗ ਹੋ ਚੁੱਕੀ ਆ ਥੈਂਕ ਯੂ ਲੈ ਡਨ पॉपुलर दुकान है मॉडल टाउन दी और इत्थे हर तरह के एक्सपोर्ट के वधिया कपड़े मिलते हैं बंब कपड़े जिहड़े मैं सिर्फ जैकेट ही लैना आ दो ਉਹ ਤੋਂ ਬਾਅਦ ਮੈਂ ਕੁਛ ਨਹੀਂ ਲੈਣਾ ਮੇਰੀ ਸ਼ਾਪਿੰਗ ਹੋ ਚੁੱਕੀ ਹੈ ਡਨ ਹੈ ਇਹ ਨਾਰਮਲ ਬੰਦੇ ਦੀ ਐਂਟਰੀ ਵੀ ਅੱਛਾ ਹਾਂ ਇਹਦੀ ਐਂਟਰੀ ਦੇ ਪੈਸੇ ਲੱਗਦੇ ਆ ਅੱਛਾ ਹਾਂ 1 ਸਾਲ ਦਾ ਪਹਿਲਾਂ ਰਿਜ਼ਰਵੇਸ਼ਨ ਲੈਣਾ ਪੈਂਦਾ ਫਿਰ ਐਂਟਰੀ ਹੁੰਦੀ ਹੈ ਓਕੇ ਚਲੋ ਦੇਖਦੇ ਆ ਜੈਕਟਾਂ ਇੱਕ ਆ ਜੈਕਟ ਵੇਖੀ ਹੋਈ ਆ ਮੈਂ ਸੋਹਣੀ ਗਈ ਆ ਮੈਂ ਤੋਂ ਇੱਕ ਸਾਈਜ਼ ਵੱਡਾ ਮੰਗਾਇਆ ਸਾਈਜ਼ ਮਿਲ ਜੂਗਾ ਨਾ ਵੱਡਾ ਆਰਾਮ ਨਾਲ ਮਿਲ ਜੂਗਾ ਹੁਣ ਵੇਖੋ ਕੈਂਟ ਨਾ ਮੈਨੂੰ ਬਹੁਤ ਸੋਹਣੀ ਲੱਗੀ ਜੈਕਟ ਸਾਈਜ਼ ਵੀ ਮਿਲ ਗਿਆ ਡਨ ਆ